ਈ ਆਕਾਸ਼ਵਾਨੀ ਜੰਮੂ ਹੈ ਉਨ ਤੁਸ ਅੰਜੂ ਵਾਲਾ ਕੋਲਾ ਖਬਰਾਂ ਸੁਨੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜੁਲਾਈ ਗੀ ਫਰਾਂਸ ਦੀ ਰਾਜਧਾਨੀ ਪੈਰਿਸ ਚ ਵੈਸਟਲ ਡੇ ਪ੍ਰੇਡ ਪਰ ਮੁੱਖ ਪ੍ਰੋਣੇ ਦੇ ਤੌਰ ਉਪਰ ਹਿੱਸਾ ਲੈਂਗਨ ਫਰਾਂਸ ਦੀਆਂ ਕਈ ਕੰਪਨੀਆਂ ਦੇ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਪ੍ਰਧਾਨ ਮੰਤਰੀ ਹੁੰਦੀ ਫਰਾਂਸ ਦੀ ਇਸ ਯਾਤਰਾ ਕੀ ਲਈ ਹੈ ਬੜਾ ਉਤਸ਼ਾਹ ਦੱਸਾ ਕਰ ਦੇਨ ਸੈਂਟ ਗੋਵਿੰਦ ਦੇ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਵੈਨੋਇਟ ਵੈਂਜ਼ਿਨੋ ਨੇ ਆਖਿਆ ਹੈ ਜੇ ਫਰਾਂਸ ਦੇ ਰਾਸ਼ਟਰੀ ਥਿਆੜੇ ਉਪਰ ਮੋਦੀ ਹੁੰਦਾ ਸਵਾਗਤ ਕਰਨਾ ਉਹਦੇ ਆਸਤ ਬੜੀ ਖੁਸ਼ੀ ਦੀ ਗੱਲ ਹੈ ਉਹਨੇ ਆਖਿਆ ਜੇ ਭਾਰਤ ਸੈਂਟ ਗੋਵਿੰਦ ਦੀ ਵਿਕਾਸ ਰਣਨੀਤੀ ਲਈ ਮਹੱਤਵਪੂਰਨ ਆਯਾਤਕ ਮੁਲਖ ਰਿਹਾ ਹੈ ਨੇਵਲ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀਰੇ ਐਰਿਕ ਪੌਮਲੇਟ ਨੇ ਆਖਿਆ ਹੈ ਜੇ ਉਹ ਵੈਸਟਾਈਲ ਦਿਵਸ ਉਪਰ ਪ੍ਰਧਾਨ ਮੰਤਰੀ ਹੁੰਦਾ ਸਵਾਗਤ ਕਰੀਏ ਸਮਾਨਿਤ ਮਹਿਸੂਸ ਕਰਨਗਨ ਉਹਨੇ ਆਖਿਆ ਹੈ ਜੇ ਇਹ ਭਾਰਤ ਦੇ ਕਰਨਾ ਪੰਜੀਏ ਬਰੇ ਥਵਾ ਮਤੇ ਸਮੇਤਮਾ ਚਲਦੇ ਆਵਾ ਕਰਦੇ ਰਣਨੀਤਿਕ ਸਰਬੰਦੇ ਦਾ ਉਤਸ਼ਾਹ ਮਨਾਣੇ ਦਾ ਮੌਕਾ ਹੈ ਭਾਰਤੀ ਵਾਯੂ ਸੈਨਾ ਤੇ ਜਹਾਜ ਜਿਸ ਨੇ ਭਾਰਤ ਦੀ ਤਰੋਨੇ ਸੈਨਾ ਦੀ ਇੱਕ ਟੁਕੜੀ ਵੈਸਟਾਈਲ ਡੇ ਪ੍ਰੇਅਰਜ਼ ਇਸਾ ਲੈਂਗਨ ਪ੍ਰਧਾਨ ਮੰਤਰੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੇ ਮਝਾਟ ਹੈ ਪੱਕੀ ਦੋਸਤੀ ਹੈ ਯਾਤਰਾ ਦੇ ਦੌਰਾਨ ਸ਼੍ਰੀ ਮੋਦੀ ਹੁੰਦੀ ਰਾਸ਼ਟਰਪਤੀ ਮੈਕਰੋ ਪ੍ਰਧਾਨ ਮੰਤਰੀ ਐਲਿਜ਼ਾਵੇਥ ਵਾਰਨ ਤੇ ਸੇਨੇਟ ਦੇ ਨੈਸ਼ਨਲ ਅਸੈਂਬਲੀ ਦੇ ਅਧਿક્ષੇ ਸਨੇ ਫਰਾਂਸ ਦੇ ਪੂਰੇ ਸਿਆਸੀ ਅਗਵਾਈ ਕਰਨੇ ਗੱਲਬਾਤ ਕਰਨੇ ਦੀ ਸੰਭਾਵਨਾ ਹੈ ਜੀਐਸਟੀ ਪਰਿਸ਼ਦ ਨੇ ਕੈਂਸਰ ਦੇ ਇਲਾਜ ਲਈ ਇਸਤੇਮਾਲ ਕੀਤੀ ਜਾਣ ਦੀਆਂ ਦਵਾਈਆਂ ਦੁਰਲਭ ਬਿਮਾਰੀਆਂ ਦੇ ਇਲਾਜ ਜਾਂ ਇਸਤਮਾਲ ਹੋਣ ਵਾਲੀ ਦਵਾਈਆਂ ਤੇ ਵਿਸ਼ੇਸ਼ ਇਲਾਜ ਮੁਆਵਜ਼ੇ ਲਈ ਖੁਰਾਕ ਉਤਪਾਦਕ ਗੀ ਵਸਤੂ ਤੇ ਸੇਵਾ ਕਰ ਥਮਾ ਛੂਟ ਦੇਣੇ ਦਾ ਫੈਸਲਾ ਲੈਂਤਾ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਹੋ ਰੇ ਕੱਲ ਨਵੀਂ ਦਿੱਲੀ ਚ ਜੀਐਸਟੀ ਪਰਿਸ਼ਦ ਦੀ ਪੰਜਾਬੀ ਮੀਟਿੰਗ ਦੀ ਅਦਿਖਸ਼ਤਾ ਕੀਤੀ ਮੀਟਿੰਗ ਚ ਵਿੱਤ ਮੰਤਰੀਓ ਨੇ ਆਖਿਆ ਜੇ ਪਰਿਸ਼ਦ ਨੇ ਨਿੱਜੀ ਆਪਰੇਟਰਾਂ ਦੀਏ ਉਪਕਰਨ ਸੇਵਾਏਗੀ ਜੀਐਸਟੀ ਥਮਾ ਛੂਟ ਦੇਣੇ ਦਾ ਵੀ ਫੈਸਲਾ ਕੀਤਾ ਹੈ ਵਿਜਨ ਪਕਾਏ ਦੇ ਤੇ ਤਲੇ ਦੇ ਸਨੈਕਸ ਪਰ ਜੀਐਸਟੀ ਦਰ 18 ਪ੍ਰਤੀਸ਼ਤ ਥਮਾ ਕਟਾਈ ਹੈ 5 ਪ੍ਰਤੀਸ਼ਤ ਕਰੀ ਦਿੱਤੀ ਗਈ ਹੈ ਨਕਲੀ ਜਰੀ ਦੇ ਧਾਗੇ ਪਰ ਜੀਐਸਟੀ ਪਰ ਘਟਾਈਏ 12.5% ਕਰ ਦਿੱਤੀ ਗਈ ਹੈ ਆਨਲਾਈਨ ਗੇਮਿੰਗ ਕੋੜੇ ਦੀ ਦੌੜ ਤੇ ਕੈਸੀਨੋ ਪਰ ਹੁਣ 28% ਸਭ ਟੈਕਸ ਲਾਇਆ ਜਾਗ ਸ਼੍ਰੀ ਅਮਰਨਾਥ ਜੀ ਯਾਤਰਾ ਦਾ ਦਸਵਾਂ ਜੱਥਾ ਅੱਜ ਬਟਲਾ 7800 ਸ਼ਰਧਾਲੂਆਂ ਦੀ ਲੂਂਗੀ ਲਈ ਹੈ ਜੰਮੂ ਬੇਸ ਕੈਂਪ ਥਮਾ ਘਾਟੀ ਚ ਆਧਾਰ ਸ਼ਿਵਰ ਲਈ ਰਵਾਨਾ ਹੋਆ ਆਕਾਸ਼ਵਾਨੀ ਦੇ ਜੰਮੂ ਸੰਬਾਧਾਤਾ ਦੇ ਮੁਤਾਬਕ ਕੁੱਲ 7805 ਸ਼ਰਧਾਲੂ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਥਮਾ 339 ਗੱਡੀਆਂ ਦੇ ਕਾਫਲੇ ਚ ਘਾਟੀ ਲਈ ਰਵਾਨਾ ਹੋਏ ਜਿੰਦੇ ਚਾ 4677 ਸ਼ਰਧਾਲੂ 207 ਗੱਡੀਆਂ ਚ ਪਹਿਲਗਾਮ ਲਈ ਰਵਾਨਾ ਹੋਏ ਤੇ 3128 ਸ਼ਰਦਾਲੂ 132 ਗੱਡੀਆਂ ਚਪਾਲਟਾਲ ਬੇਸ ਕੈਂਪ ਲਈ ਰਵਾਨਾ ਹੋਏ। ਇਹਦੇ ਕੰਨਗੈ ਯਾਤਰਾ ਸ਼ੁਰੂ ਹੋਣੇ ਦੇ ਪਹਿਲੇ ਦਿਹਾੜੇ ਥਮਾ ਯਾਨੀ 30 ਜੂਨ ਸ਼ਾ ਅੱਜ ਤੋੜੀ 55303 ਸ਼ਰਦਾਲੂ ਜੰਮੂ ਬੇਸ ਕੈਂਪ ਥਮਾ ਰਵਾਨਾ ਹੋ ਹੀ ਚੁੱਕੇ ਨੇ। ਧਿਆਨਯੋਗ ਹੈ ਜੇ ਇਹ ਯਾਤਰਾ ਪਿਛਲੇ 13 ਦਿਨਾਂ ਦੀ ਰਾਂਬਨ ਦੇ ਕੋਲ ਭਾਰੀ ਬਰਖਾ ਤੇ ਪਸੀਆਂ ਪਾਉਣੇ ਕਰੀ ਸੜਕ ਦੀ ਮੁਰੰਮਤ ਲਈ 2 ਦਿਨ ਰਾਸ਼ਟਰੀ ਜਨਰਾਲੀ ਸੜਕ ਬੰਦ ਹੀ ਜਿਹੜੀ ਪਿਛਲੇ ਕੱਲ ਦੁਪਹਿਰੀ ਤੱਕ ਰਬਾਲ ਕਰ ਦਿੱਤੀ ਗਈ। ਕੁੱਲ 1,37,353 ਸ਼ਰਦਾਲੂ ਪਹਿਲੀ ਜੁਲਾਈ ਥਮਾ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਦਰਸ਼ਨ ਦੌਰਾਨ ਪਵਿੱਤਰ ਗੁਫਾ ਦੇ ਦਰਸ਼ਨ ਕਰੀ ਚੁੱਕੇ ਦੇ ਹਨ। ਉਦੰਪੁਰ ਜ਼ਿਲ੍ਹੇ 'ਚ ਅੱਜ ਬੱਦਲਿਆ ਸ਼੍ਰੀ ਅਮਰਨਾਥ ਯਾਤਰੀਆਂ ਦੀ ਇੱਕ ਕਾਰ ਰੋੜ ਡਿਵਾਈਡਰ ਕਰਨੇ ਬਜੀ ਕਰੀਬ 5 ਲੋਕ ਗਾਇਲ ਹੋਈ ਗਏ ਨਾ ਆਕਾਸ਼ਵਾਨੀ ਜੰਮੂ ਸੰਬਾਧਾਤਾ ਮੁਤਾਬਕ ਇਹ ਯਾਤਰੀ ਉੱਤਰ ਪ੍ਰਦੇਸ਼ ਦਾ ਮਾ ਗਾਂਦਰਵਰ ਜ਼ਿਲ੍ਹੇ ਦੇ ਬਾਲਟਾਲ ਬੇਸ ਕੈਂਪ ਲਈ ਜਾ ਰਹੇ ਸਨ ਜੰਦੇ ਵੇਲੇ ਸਰਮੋਲੀ ਇਲਾਕੇ ਦੇ ਕੋਲ ਡਰਾਈਵਰ ਦਾ ਆਪਣੀ ਗੱਡੀ ਉੱਪਰ ਕਾਬੂ ਨਹੀਂ ਰੋਣੇ ਕਾਰਨ ਗੱਡੀ ਡਿਵਾਈਡਰ ਕਰਨੇ ਜਾਈ ਬਜੀ ਗਾਇਲ ਸ਼ਰਦਾਲੂ ਨੇ ਤੇ ਡਰਾਈਵਰ ਕੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਦੀ ਹਾਲਤ ਸਥਿਰ ਦਸੀ ਜਾਦੀ ਹੈ ਸੰਯੁਕਤ ਰਾਸ਼ਟਰ ਨੇ ਆਖਿਆ ਹੈ ਜੇ ਭਾਰਤ ਨੇ ਗਰੀਬੀ 'ਚ ਖਰੀਮਤੀ ਕਮੀ ਦਰਜ ਕੀਤੀ ਹੈ ਤੇ 15 ਵਰੇਂ ਚ 41 ਕਰੋੜ 50 ਲੱਖ ਲੋਕ ਗਰੀਬੀ ਰੇਖਾ ਦੇ ਉੱਪਰ ਆਈ ਗਏ ਨਾ ਸੰਯੁਕਤ ਰਾਸ਼ਟਰ ਨੇ ਆਖਿਆ ਹੈ ਜੇ ਭਾਰਤ ਸਣੇ ਕੁੱਲ 20 ਦੇ ਮੁਲਕੇ ਗਰੀਬੀ ਸਰਵੰਦੀ ਕੁੱਲ ਸੰਸਾਰੀ ਸੱਤਾ ਦੇ ਸੂਚਨਾ ਅੰਕ MPI ਚ 15 ਵਰੇਂ ਦੇ ਅੰਦਰ ਗਿਆ ਖਰੀਮਤੀ ਬਿਹਤਰੀ ਤੇ ਸੁਧਾਰ ਦਰਜ ਕੀਤਾ ਹੈ ਇਨੇ ਮੁਲਕੇ ਚ ਕੰਬੋਡੀਆ ਚੀਨ ਕਾਂਗੋ ਹੋਂਡੂਰਸ ਇੰਡੋਨੇਸ਼ੀਆ ਮੋਰੱਕੋ ਸਰਵੀਆ, ਵਿਤਨਾਮ ਤੇ ਭਾਰਤ ਸ਼ਾਮਲਨ ਸੰਯੁਕਤ ਰਾਸ਼ਟਰੀ ਵਿਕਾਸ ਪ੍ਰੋਗਰਾਮ ਤੇ ਆਕਸਫੋਰਡ ਪੋਵਰਟੀ ਐਂਡ ਹਿਊਮਨ ਡਿਵੈਲਪਮੈਂਟ ਇਨੀਸ਼ੀਏਟਿਵ ਪਾਸਿਆਂ ਕੱਲ ਆਕਸਫੋਰਡ ਯੂਨੀਵਰਸਿਟੀ ਚ ਇੱਕ ਸੂਚਨਾ ਅੰਕ ਦਾ ਨਵਾਂ ਅੰਕ ਜਾਰੀ ਕੀਤਾ ਗਿਆ ਰਿਪੋਰਟ ਚ ਦੱਸਿਆ ਗਿਆ ਜੇ ਭਾਰਤ ਨੇ ਕਈ ਸਾਰੇ ਸੂਚਕਾਂ ਚ ਸੁਧਾਰ ਦਰਜ ਕੀਤਾ ਹੈ ਤੇ ਭਾਰਤ ਦੇ ਭਲਿਆਂ ਗਰੀਬ ਰਾਜ ਤੇ ਸਮੂਹੇ ਬੜੀ ਤੇਜ਼ੀ ਨਾਲ ਤਰੱਕੀ ਕੀਤੀ ਹੈ ਧਿਆਨਯੋਗ ਹੈ ਜੇ ਉੰਦੇ ਜੰਦੇ April ਮਹੀਨੇ ਚੀਨ ਕੀ ਪਛੜਦੇ ਹੋਈ ਭਾਰਤ ਇਸ ਦੁਨੀਆ ਦਾ ਸਭਨੇਸ਼ਮਤੀ ਆਬਾਦੀ ਵਾਲਾ ਮੁਲਕ ਬਣੀ ਗਿਆ ਹੈ ਸੰਯੁਕਤ ਰਾਸ਼ਟਰ ਦੇ ਆંકੜੇ ਮੁਜੇ ਭਾਰਤ ਦੀ ਆਬਾਦੀ 142 ਕਰੋੜ 86 ਲੱਖ ਦੇ ਪਾਰ ਪੁੱਜੀ ਗਈ ਹੈ ਲੋਕਾਂ ਕੀ ਹੁੰਦੇ ਘਰੇ ਸ਼ਾਂਸਖੱਲੇ ਬੈਂਕ ਸਰਵੰਦੀ ਸੇਵਾ ਉਪਲਬਧ ਕਰਵਾਉਣੇ ਦੇ ਆਪਣੇ ਯਤਨੇ ਕੀ ਬਰਾਬਰ ਜਾਰੀ ਰੱਖਦੇ ਹੋਈ ਜੰਮੂ ਕਸ਼ਮੀਰ ਬੈਂਕ ਨੇ ਰਿਆਸੀ ਜ਼ਿਲ੍ਹੇ ਦੇ ਪੋਨੀ ਇਲਾਕੇ ਚ ਕੱਲ ਨਕਦ ਜਮਾ ਕਰਵਾਉਣੇ ਤੇ ਨਕਦੀ ਕਢਾਣੇ ਦੀ ਸੁਵਿਧਾ ਲਈ ਕੈਸ਼ ਰੀਸਾਈਕਲਰ ਮਸ਼ੀਨ ਕੀ ਚਾਲੂ ਕੀਤਾ ਹੈ ਜੇ ਕਿ ਬੈਂਕ ਦੇ ਉਦੰਬੁਰਾਲੇ ਜਨਰਲ ਪ੍ਰਮੁਖ ਰਾਜੇਸ਼ ਗੁਪਤਾ ਹੋਰੇ ਰਿਆਸੀ ਦੇ ਕਲੈਕਟਰ ਪ੍ਰਮੁੱਖ ਰਵੀ ਸ਼ੰਕਰ ਬੈਂਕ ਦੇ ਅਧਿਕਾਰੀਆਂ ਤੇ ਹੋਰ ਲੋਕਾਂ ਦੀ ਮੌਜੂਦਗੀ 'ਚ ਇਸ ਮਸ਼ੀਨ ਦੀ ਸ਼ੁਰੂ ਕਰਵਾਇਆ ਇਸ ਮੌਕੇ 'ਤੇ ਜਰਨਲ ਪ੍ਰਮੁੱਖੋਰੇ ਲੋਕਾਂ ਦੀ ਸੱਖਲ ਨੇ ਬੈਂਕਿੰਗ ਸੇਵਾ ਉਪਲਬਧ ਕਰਾਉਣੇ ਦੇ ਆਪਣੇ ਧਿਆੜੇ ਧਿਆਈਏਗੀ ਫੀ ਪੱਕਾ ਕੀਤਾ ਮੁਕਾਮੀ ਲੋਕਾਂ ਨੇ ਇਸ ਪਹਿਲ ਕਦਮੀ ਲਈ ਬੈਂਕ ਦਾ ਆਭਾਰ ਜਤਾਇਆ ਹੈ ਇਹਦੇ ਕੰਨੇ ਕੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ